ਹੈਲੋ ਗਾਈਜ਼, ਕੀ ਹਾਲ ਨੇ ਤੁਹਾਡੇ? ਪੀ ਟ੍ਰਿਪਲ ਐਸ ਬੀ ਐਕਟਿਵ ਹੋ ਚੁੱਕਿਆ, ਦੁਬਾਰਾ ਫਿਰ ਤੋਂ ਐਕਟਿਵ ਹੋ ਚੁੱਕਿਆ। ਸੀਨੀਅਰ ਅਸਿਸਟੈਂਟ ਦਾ ਇਸਨੇ ਸਿਲੇਬਸ ਔਨ ਕਰ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਕਈ ਪੋਸਟਾਂ ਨੇ ਜਿਨ੍ਹਾਂ ਸਿਲੇਬਸ ਬਾਹਰ ਆ ਚੁੱਕਿਆ ਹੈਗਾ। ਠੀਕ ਹੈ ਜੀ, ਤਾਂ ਹੁਣ ਤਿਆਰੀ ਖਿੱਚ ਕੇ ਰੱਖੋ, ਹੁਣ ਪਟਵਾਰੀ ਵਗੈਰਾ ਆਪਾਂ ਲੱਗਾਂਗੇ, ਅਫਸਰ ਵਗੈਰਾ ਲੱਗਾਂਗੇ। ਸੀਨੀਅਰ ਅਸਿਸਟੈਂਟ ਦੀ ਗੱਲ ਕਰਾਂ ਮੈਂ ਤਾਂ ਗਰੁੱਪ ਬੀ ਦੀ ਪੋਸਟ ਹੈ। ਅਫਸਰ ਲੱਗੋਗੇ ਤੁਸੀਂ ਪੰਚਾਇਤਾਂ ਦੇ ਵਿੱਚ, ਮਿਊਂਸੀਪੈਲਟੀ ਦੇ ਵਿੱਚ ਅਫਸਰ ਲੱਗੋਗੇ, ਇੰਸਪੈਕਟਰ ਲੱਗੋਗੇ ਉਹਨਾਂ ਦੇ ਤੁਸੀਂ। ਕਾਫੀ ਵਧੀਆ ਪੋਸਟ ਹੈਗੀ। ਅਗਰ ਤੁਸੀਂ ਭਰਿਆ ਹੋਇਆ ਤਾਂ ਇਹਦਾ ਸਿਲੇਬਸ ਆ ਚੁੱਕਿਆ, ਆਪਾਂ ਸਿਲੇਬਸ ਦੇਖਦੇ ਹਾਂ ਕਿ ਕੁਛ ਹੈਗਾ। ਅਤੇ ਹੁਣ ਇਹਦਾ ਇਹ ਨਹੀਂ ਸਮਝ ਲੈਣਾ ਕਿ ਪੀ ਟ੍ਰਿਪਲ ਐਸ ਬੀ ਕੰਡਕਟ ਕਰ ਰਿਹਾ ਤਾਂ ਸੌਖਾ ਹੋਊ, ਪੀ ਪੀ ਐੱਸ ਸੀ ਲੈਵਲ ਦਾ ਹੀ ਪੀ ਟ੍ਰਿਪਲ ਐਸ ਬੀ ਕੰਡਕਟ ਕਰਦਾ ਹੈਗਾ। ਪਿਛਲਾ ਪੇਪਰ ਉੱਦਾਂ ਦਾ ਹੀ ਹੋਇਆ ਸੀ। ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ, ਸੀਨੀਅਰ ਅਸਿਸਟੈਂਟ ਦੀ ਪੋਸਟ ਹੈ ਗਰੁੱਪ ਬੀ। ਕਹਿੰਦਾ ਭਾਈ ਐਮ ਸੀ ਕਿਊ ਹੋਊਗਾ, 2 ਘੰਟੇ ਦਾ ਪੇਪਰ ਹੋਊਗਾ, ਅਤੇ ਇਸ ਤੋਂ ਇਲਾਵਾ ਤੁਹਾਡੀ ਨੈਗੇਟਿਵ ਮਾਰਕਿੰਗ ਹੈ ਜਿਹੜੀ ਉਹ ਵੀ ਹੋਊਗੀ। ਤਾਂ ਇਹ ਓਵਰਵਿਊ ਜਿਹਾ ਦਿੱਤਾ ਉਹਨੇ। ਕਹਿੰਦਾ ਯਾਰ ਕੁਐਸਚਨ ਤੁਹਾਡੇ ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬ, ਹਿਸਟਰੀ, ਕਲਚਰ, ਲੋਜੀਕਲ ਰੀਜਨਿੰਗ, ਇਹ ਸਾਰੇ ਤੋਂ ਕਹਿੰਦਾ 120 ਟੋਟਲ ਕੁਐਸਚਨ ਹੋਣਗੇ, 120 ਤੁਹਾਨੂੰ ਕਹਿੰਦਾ ਅਸੀਂ ਮਿੰਟ ਦੇਵਾਂਗੇ। ਠੀਕ ਹੈ ਜੀ, ਅਤੇ ਹਰੇਕ ਕਹਿੰਦਾ ਨੈਗੇਟਿਵ ਗਲਤ ਹੋਣ ਵਾਲੇ ਕੁਐਸਚਨ ਦੇ ਜਿਹੜੀ ਨੈਗੇਟਿਵ ਮਾਰਕਿੰਗ ਹੋਊਗੀ 1/4, ਕਹਿੰਦਾ ਭਾਵ 0.25 ਹੈ ਜਿਹੜੀ ਤੁਹਾਡੀ ਉਹ ਨੈਗੇਟਿਵ ਮਾਰਕਿੰਗ ਰੱਖੀ ਜਾਊਗੀ ਅਗਰ ਤੁਸੀਂ ਕੁਐਸਚਨ ਗਲਤ ਅਟੈਂਪਟ ਕਰਦੇ ਹੋ। ਠੀਕ ਹੈ ਜੀ, ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਇਹਨੂੰ ਨਾ ਜਾਣ ਦਿਆਂਗੇ, ਜਿਹੜਾ ਇਹ ਸਿਲੇਬਸ ਹੈ ਇਹਨੂੰ ਜਾਣ ਦਿਆਂਗੇ ਕਿ ਕਹਿ ਰਿਹਾ ਇਸ ਸਿਲੇਬਸ ਦੇ ਵਿੱਚ ਜਨਰਲ ਨੌਲੇਜ। ਤਾਂ ਪਹਿਲੀ ਆਪਸ਼ਨ ਤੁਹਾਡੇ ਕੋਲ ਆ ਰਹੀ ਹੈ ਇੱਥੇ, ਜਨਰਲ ਨੌਲੇਜ ਐਂਡ ਕਰੰਟ ਅਫੇਅਰ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ। ਕਰੰਟ ਅਫੇਅਰ ਆਉਣਗੇ ਪੱਕਾ, ਓਬਵੀਅਸਲੀ ਆਉਣਗੇ ਆਉਣਗੇ, ਸੀਨੀਅਰ ਅਸਿਸਟੈਂਟ ਹੈ। ਜਨਰਲ ਨੌਲੇਜ ਕਿਸ ਤਰ੍ਹਾਂ ਦੀ ਹੋਊਗੀ? ਹੁਣ ਜ਼ਿਆਦਾਤਰ ਆਪਾਂ ਪੰਜਾਬ ਦੇ ਪੇਪਰਾਂ 'ਚ ਕੀ ਦੇਖਦੇ ਹਾਂ ਕਿ ਕਰੰਟ ਅਫੇਅਰ 'ਤੇ ਵੱਡਾ ਫੋਕਸ ਦਿੱਤਾ ਜਾਂਦਾ ਹੁੰਦਾ। ਹੁਣ ਇਹਦੇ ਵਿੱਚੋਂ 30 ਕੁਐਸਚਨ ਨੇ, ਅਪਰੋਕਸ 30 ਕਹਿ ਇਹਨਾਂ ਨੇ, 30 ਕੁਐਸਚਨ ਇਹਨਾਂ ਨੇ ਕਹੇ ਨੇਗੇ। ਹੁਣ ਜਿਹੜਾ ਪ੍ਰੀਵੀਅਸ ਤੁਹਾਡਾ ਪਿਛਲਾ ਸੀਨੀਅਰ ਅਸਿਸਟੈਂਟ ਹੋਇਆ ਸੀ, ਬਹੁਤ ਵਧੀਆ ਪੇਪਰ ਹੋਇਆ ਸੀ, ਸਾਰਾ ਰਲਮਾ ਮਿਲਮਾ ਸੀ। ਕਿਸ ਤਰ੍ਹਾਂ ਦਾ ਰਲਮਾ ਮਿਲਮਾ ਸੀ? ਉਹ ਪੋਲਿਟੀ ਵੀ ਉਹਦੇ ਵਿੱਚ ਸੀ, ਇਨਵਾਇਰਮੈਂਟ ਦੇ ਇਸ਼ੂ ਵੀ ਸੀ, ਕਰੰਟ ਅਫੇਅਰ ਵੀ ਸੀ, ਸਾਇੰਸ ਐਂਡ ਟੈਕਨੋਲੋਜੀ ਵੀ ਸੀ, ਇਕਨੋਮਿਕ ਇਸ਼ੂ ਵੀ ਸੀ, ਇੰਡੀਆ ਦੀ ਹਿਸਟਰੀ ਵੀ ਸੀ ਉਹਦੇ ਵਿੱਚ, ਸਪੋਰਟਸ ਨਾਲ ਰਿਲੇਟਡ ਵੀ ਸੀ, ਅਤੇ ਲਿਟਰੇਚਰ ਨਾਲ ਵੀ ਸੀ, ਇਹ 'ਚ ਸਿਨੇਮਾ ਅਤੇ ਲਿਟਰੇਚਰ ਆ ਗਿਆ, ਜੋਗ੍ਰਾਫੀ ਵੀ ਆ ਗਿਆ। ਹੁਣ ਇਹਦੇ ਵਿੱਚ ਤੁਸੀਂ ਕੋਈ ਵੀ ਏਰੀਆ ਛੱਡ ਨਹੀਂ ਸਕਦੇ। ਤੁਸੀਂ ਐਂ ਨਹੀਂ ਕਹਿ ਸਕਦੇ, ਅਗਰ ਤੁਸੀਂ ਇੰਸਪੈਕਟਰ ਲੱਗਣਾ ਇਹ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਯਾਰ ਆਪਾਂ ਕਰੰਟ ਅਫੇਅਰ 'ਤੇ ਫੋਕਸ ਕਰ ਲੈਂਦੇ ਹਾਂ, ਜੋਗ੍ਰਾਫੀ ਨੂੰ ਛੱਡ ਦਿੰਦੇ ਹਾਂ ਕਿਹੜਾ ਆਉਂਦੀ ਹੈ, ਜਾਂ ਤੁਹਾਡੇ ਇਨਵਾਇਰਮੈਂਟਲ ਇਸ਼ੂ ਕਿਹੜਾ ਪੁੱਛੇ ਜਾਂਦੇ ਇਹਨਾਂ ਨੂੰ ਛੱਡ ਦਿੰਦੇ ਹੈਗੇ, ਠੀਕ ਹੈ ਜੀ, ਇਕਨੋਮਿਕ ਇਸ਼ੂ ਇਹਨੇ ਨਹੀਂ ਪੁੱਛਿਆ, ਅਤੇ ਇਹ ਚੀਜ਼ ਤੁਸੀਂ ਨਹੀਂ ਕਰ ਸਕਦੇ। ਅਗਰ ਤੁਸੀਂ ਇਹ ਤੋਂ ਬਚਣਾ ਹੈਗਾ ਤਾਂ ਇਹਦੇ ਲਿੰਕ ਦੇ ਵਿੱਚ ਮੈਂ ਤੁਹਾਨੂੰ ਮੇਰੀ ਪ੍ਰੀਵੀਅਸ ਵੀਡੀਓ ਹੈ ਜਿਹਦੇ ਵਿੱਚ ਮੈਂ ਪ੍ਰੀਵੀਅਸ ਸੀਨੀਅਰ ਅਸਿਸਟੈਂਟ ਨੂੰ ਇਵੈਲੂਏਟ ਕੀਤਾ ਸੀ ਕਿ ਪੇਪਰ ਕਿੱਦਾਂ ਦਾ ਆਇਆ, ਉਹਦਾ ਲਿੰਕ ਵੀ ਮੈਂ ਤੁਹਾਨੂੰ ਦੇ ਦੂੰਗਾ, ਤਾਂ ਉਹ 'ਤੇ ਤੁਸੀਂ ਕਲਿੱਕ ਕਰਕੇ ਚੈੱਕ ਕਰ ਲਿਓ, ਪੇਪਰ ਚੈੱਕ ਕਰ ਲਿਓ ਕਿੱਦਾਂ ਦਾ ਆਇਆ ਸੀ ਪ੍ਰੀਵੀਅਸ। ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਕੁਛ ਵੀ ਛੱਡ ਨਹੀਂ ਸਕਦੇ ਤੁਸੀਂ, ਇੱਕ ਵੀ ਕੁਐਸਚਨ ਦਾ ਜਿਹੜਾ ਨੰਬਰ ਹੈ ਉਹ ਵੀ ਆਪਾਂ ਗਵਾ ਨਹੀਂ ਸਕਦੇ, ਚਾਹੇ ਉਹ ਤੁਹਾਡਾ ਸਾਇੰਸ ਐਂਡ ਟੈਕ ਦੇ ਵਿੱਚ ਹੋਵੇ, ਚਾਹੇ ਸਪੋਰਟਸ 'ਚ ਹੋਵੇ, ਚਾਹੇ ਸਿਨੇਮਾ ਐਂਡ ਲਿਟਰੇਚਰ ਦੇ ਵਿੱਚ ਹੋਵੇ, ਸਿਨੇਮਾ ਐਂਡ ਲਿਟਰੇਚਰ ਤੁਹਾਡਾ ਕਰੰਟ ਅਫੇਅਰ ਨਾਲ ਰਲ ਕੇ ਆਊਗਾ, ਤਾਂ 30 ਨੰਬਰ ਦਾ ਇਹ ਸਾਰਾ ਏਰੀਆਜ਼ ਹੈ ਇਹ ਆਊਗਾ, ਅਤੇ ਬਹੁਤ ਵਧੀਆ ਆਊਗਾ, ਮਾੜਾ ਨਹੀਂ ਆਉਣ ਲੱਗਿਆ। ਠੀਕ ਹੈ ਜੀ, ਪੀ ਪੀ ਐੱਸ ਸੀ ਲੈਵਲ ਦਾ ਹੀ ਆਊਗਾ, ਕਹਿੰਦਾ ਆਪਾਂ ਪੀ ਸੀ ਐੱਸ ਲੈਵਲ ਦੀ ਹੀ ਤੁਹਾਨੂੰ ਤਿਆਰੀ ਚਾਹੀਦੀ ਹੋਊ ਇਹਦੇ ਵਿੱਚ। ਦੂਸਰਾ, ਪੰਜਾਬ ਹਿਸਟਰੀ ਐਂਡ ਕਲਚਰ, ਪੰਜਾਬ ਦੀ ਇੱਕੋ ਇੱਕ ਚੀਜ਼ ਫਰੋਲ ਦੇਣੀ ਹੈ ਯਾਰ, ਚਾਹੇ ਇਹਦੇ ਵਿੱਚ ਲਿਖੀ ਹੈ ਚਾਹੇ ਨਹੀਂ ਲਿਖੀ, ਤੁਸੀਂ ਇੱਕੋ ਇੱਕ ਚੀਜ਼ ਪੰਜਾਬ ਦੀ ਫਰੋਲ ਲੈਣੀ ਹੈ, ਏਨਸ਼ੀਅੰਟ ਤੋਂ ਲੈ ਕੇ ਮਾਡਰਨ ਤੱਕ। ਠੀਕ ਹੈ, ਪੰਜਾਬ ਦੇ ਸਿੰਧੂ ਘਾਟੀ ਸੱਭਿਅਤਾ ਤੋਂ ਲੈ ਕੇ, ਇਸ ਤੋਂ ਵੀ ਪਿੱਛੇ ਜਾਓ ਤੁਹਾਡਾ ਪੰਜਾਬ ਦੇ ਪੱਥਰ ਯੁੱਗ ਤੋਂ ਲੈ ਕੇ, ਪੁਰਾਤਨ ਪੱਥਰ ਯੁੱਗ ਤੋਂ ਲੈ ਕੇ ਨਵੇਂ ਪੱਥਰ ਯੁੱਗ ਦੀਆਂ ਵੀ ਸਾਈਟਾਂ ਮਿਲੀਆਂ, ਮੱਧਕਾਲੀਨ ਦੀਆਂ ਪੰਜਾਬ 'ਚ ਨਹੀਂ ਮਿਲਦੀਆਂ ਅੱਜ ਦੇ ਪੰਜਾਬ 'ਚ, ਉੱਥੋਂ ਲੈ ਕੇ ਓਪਰੇਸ਼ਨ ਬਲੂ ਸਟਾਰ ਤੱਕ ਸਭ ਕੁਝ ਫਰੋਲ ਦੇਣਾ ਤੁਸੀਂ। ਠੀਕ ਹੈ, ਓਪਰੇਸ਼ਨ ਬਲੂ ਸਟਾਰ ਦਾ ਅੱਗੇ ਤੁਸੀਂ ਰਾਜੀਵ ਲੌਂਗੋਵਾਲ ਅਕੋਰਡ ਵੀ ਕਰ ਲੈਣਾ ਹੈਗਾ, ਇਹ ਤੁਸੀਂ ਕਰਨਾ ਹੀ ਕਰਨਾ ਹੈਗਾ, ਅਤੇ 20 ਨੰਬਰ ਦਾ ਉਹ ਪੰਜਾਬ, ਇਸ ਚੀਜ਼ ਦਾ ਧਿਆਨ ਰੱਖਣਾ, 20 ਨੰਬਰ ਦਾ ਪੰਜਾਬ ਆਊ ਤੁਹਾਨੂੰ, ਬਹੁਤ ਇੰਪੋਰਟੈਂਟ ਹੈ, ਅਤੇ ਇਹ ਤੁਹਾਡਾ ਨੈਗੇਟਿਵ ਜਿਹੜਾ 20 ਨੰਬਰ ਦਾ ਪੰਜਾਬ ਆਊ ਨਾ, ਤੁਹਾਡੀ ਇਹ ਜੋ ਕੱਟ ਆਫ ਹੈ ਉਹਨੂੰ ਚੱਕ ਸਕਦਾ ਇਹ, ਜੋ ਤੁਹਾਡੀ ਕੱਟ ਆਫ ਆਊਗੀ, ਕਿਉਂਕਿ ਪੰਜਾਬ ਸਾਰਿਆਂ ਨੂੰ ਆਉਂਦਾ ਹੁੰਦਾ, ਇਹਦੇ ਨਾਲ ਪਿੱਕ ਹੋਊਗੀ।
ਨੈਕਸਟ ਲੋਜੀਕਲ ਰੀਜਨਿੰਗ ਅਤੇ ਮੈਂਟਲ ਐਬਿਲਿਟੀ 30 ਨੰਬਰ ਦੀ ਆਊਗੀ। ਹੁਣ ਇਹਦੇ ਵਿੱਚ ਇਹਨੇ ਲਿਖਿਆ ਲੋਜੀਕਲ ਰੀਜਨਿੰਗ ਐਨਾਲਿਟੀਕਲ ਐਂਡ ਮੈਂਟਲ ਐਬਿਲਿਟੀ 20 ਮਾਰਕਸ ਦੀ ਹੈ ਅਤੇ 5 ਮਾਰਕਸ ਦਾ ਅਸੀਂ ਕਹਿੰਦੇ ਨੂਮੈਰੀਕਲ ਸਕਿੱਲਸ ਮੈਗਨੀਟਿਊਡ ਪਰਸੈਂਟੇਜ ਇਹ ਚੀਜ਼ਾਂ ਪੁੱਛਾਂਗੇ ਅਤੇ ਡਾਟਾ ਐਨਾਲਿਸਿਸ ਗ੍ਰਾਫਿਕ 5 ਨੰਬਰ ਦਾ ਹੈ। ਉਹ ਕਹਿੰਦਾ ਭਾਵ ਵੀ 10 ਨੰਬਰ ਦਾ ਕਹਿੰਦਾ ਅਸੀਂ ਮੈਥ ਪਾਵਾਂਗੇ 20 ਨੰਬਰ ਦੀ ਰੀਜਨਿੰਗ ਪਾਵਾਂਗੇ। ਹੁਣ ਇਹ ਪੱਕੇ ਨੰਬਰ ਹੋ ਸਕਦੇ ਨੇ ਅਤੇ ਇਹਦੇ ਵਿੱਚ ਇਹ ਸੌਖਾ ਨਹੀਂ ਆਉਣ ਲੱਗਾ, ਲੈਵਲ ਠੀਕ ਆਊਗਾ। ਪਹਿਲਾਂ ਮੱਧਮ ਲੈਵਲ ਸੀ ਅਤੇ ਇਸ ਵਾਰ ਵੀ ਠੀਕ ਆਊਗਾ। ਇਹ ਨਹੀਂ ਸਮਝ ਲੈਣਾ ਕਿ ਸੌਖਾ ਜੂ ਜੀ ਆਰਾਮ ਨਾਲ ਕਰ ਲਾਂਗੇ ਪੰਜਾਬ ਪੁਲਿਸ ਹੀ ਹੈ, ਉਹ ਚੀਜ਼ ਨਹੀਂ ਹੈਗੀ। ਪੰਜਾਬੀ ਸ਼ੁੱਧ ਸ਼ੁੱਧ ਸ਼ਬਦ ਜੋੜ ਅਗੇਤਰ ਪਿਛੇਤਰ ਸਮਾਨਾਤਮਕ ਵਿਰੋਧੀ ਨਾਂ ਪੜਨਾਮ ਕਿਰਿਆ ਦੀਆਂ ਕਿਸਮਾਂ ਲਿੰਗ ਵਚਨ ਪੰਜਾਬੀ ਅਖਾਣ ਅੰਗਰੇਜ਼ੀ ਪੰਜਾਬੀ ਅਨੁਵਾਦ ਬਹੁਤ ਸ਼ਬਦ ਲਿਖਤਾ 15 ਨੰਬਰ ਦੀ ਆਊ ਜੀ ਇਹ ਚੀਜ਼। ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ, ਇਹ ਤੁਹਾਨੂੰ ਅਗਰ 15 ਨੰਬਰ ਦਾ ਆ ਰਿਹਾ ਹੈਗਾ ਇਹਦੇ ਲਈ ਯਾਰ ਤੁਸੀਂ ਕੁਛ ਵੀ ਨਹੀਂ ਕਰਨਾ। ਇਹ ਪੰਜਾਬੀ ਦੇ ਲਈ ਮੇਰੀਆਂ 2 ਕਲਾਸਾਂ ਲਾਈਆਂ ਹੋਈਆਂ ਨੇ, ਮੈਰਾਥੋਨ ਹੈ ਤੁਹਾਡੇ ਇਹ 15 ਨੰਬਰ ਹੈ ਜਿਹੜੇ ਸਾਰੇ ਕਵਰ ਅਪ ਕਰ ਦੂ ਇੱਥੋਂ। ਆਹ 15 ਨੰਬਰ ਤੁਸੀਂ ਪਕਾ ਲਓ, ਇਹ ਤੁਹਾਡੇ ਕਵਰ ਅਪ ਹੋ ਗਏ। ਇਹ ਤੁਹਾਡੇ ਜਿਹੜੇ ਅਖਾਣ ਮੁਹਾਵਰੇ ਹੁੰਦੇ ਆ ਇਹਦੀਆਂ PDFਾਂ ਅਸੀਂ ਸ਼ੇਅਰ ਕਰ ਦਾਂਗੇ, ਤੁਹਾਨੂੰ ਟੈਲੀਗ੍ਰਾਮ ਵਗੈਰਾ 'ਤੇ ਪਾ ਦਾਂਗੇ ਜੇ ਤੁਸੀਂ ਤਿਆਰੀ ਕਰ ਰਹੇ ਹੋ। ਇਹ 15 ਨੰਬਰ ਪੱਕੇ ਕਰ ਲਓ, ਇਹਦੇ ਵਿੱਚੋਂ ਤੁਸੀਂ 14 ਨੰਬਰ ਜਾਂ 13 ਨੰਬਰ ਲੈ ਜਾਓ, ਇਹਦੇ ਨਾਲ ਤੁਹਾਡੀ ਸਿਲੈਕਸ਼ਨ ਹੋ ਜਾਏਗੀ। ਲੈਂਗੁਏਜਸ ਤੁਹਾਡੀ ਸਿਲੈਕਸ਼ਨ ਕਰਾਉਣਗੀਆਂ, ਧਿਆਨ ਰੱਖਣਾ ਇਸ ਚੀਜ਼ ਦਾ ਤੁਸੀਂ ਹਮੇਸ਼ਾ। ਨੈਕਸਟ ਅੱਗੇ ਚੱਲਦੇ ਹਾਂ ਆਪਾਂ ਇੰਗਲਿਸ਼। ਇੰਗਲਿਸ਼ ਦੇ ਵਿੱਚ ਬੇਸਿਕ ਗ੍ਰਾਮਰ ਹੈ, ਸਬਜੈਕਟ ਵਰਬ ਅਬਜੈਕਟਿਵ ਐਡਵਰਬ ਸਿਨੋਨੀਅਮ ਐਂਟੋਨੀਅਮ ਵਰਡ ਵਰਡ ਸਬਸਟੀਟਿਊਸ਼ਨ ਫਿਲ ਇਨ ਦਾ ਬਲੈਂਕਸ ਕਰੈਕਸ਼ਨ ਈਡੀਅਮਸ ਚੈਕਸ ਅਬਜੈਕਟਿਵ ਆਰਟੀਕਲ ਪ੍ਰਪੋਜੀਸ਼ਨ ਡਾਇਰੈਕਟ ਇਨਡਾਇਰੈਕਟ ਸਪੀਚ ਐਕਟਿਵ ਪੈਸਿਵ ਵੋਇਸ ਕਰੈਕਸ਼ਨ ਸੈਂਟੈਂਸ। ਸਾਰਾ ਉਹੀ ਫੰਡ ਹੈ ਜੀ ਜਿਹੜਾ ਤੁਹਾਡਾ ਬਾਕੀ ਦੇ ਪੇਪਰਾਂ ਦੇ ਵਿੱਚ ਆਉਂਦਾ, ਬਟ ਇੰਪੋਰਟੈਂਟ ਕੀ ਹੈ 15 ਨੰਬਰ। ਹੁਣ ਇਹਦੇ ਵਿੱਚ ਤੁਸੀਂ ਕੱਟ ਆਫ ਦੇ ਵਿੱਚ ਕਿੱਦਾਂ ਆ ਸਕਦੇ ਹੋ, ਕਿਉਂਕਿ ਇੰਗਲਿਸ਼ ਹੈ ਜਿਹੜੇ ਉਹ ਤੋਂ ਜ਼ਿਆਦਾਤਰ ਡਰਦੇ ਹੁੰਦੇ ਨੇ ਅਤੇ ਭੱਜਦੇ ਹੁੰਦੇ ਨੇ। ਅਗਰ ਤੁਸੀਂ ਇਹ 15 ਨੰਬਰ ਆਪਣੇ ਪੱਕੇ ਕਰ ਲੈਂਦੇ ਹੋ, ਇਹਦੇ ਵਿੱਚੋਂ 12-13 ਨੰਬਰ ਜਿਹੜੇ ਤੁਹਾਡੇ ਉਹ ਪੱਕੇ ਹੋ ਜਾਂਦੇ, ਤਾਂ ਤੁਸੀਂ ਕੱਟ ਆਫ ਵਾਲੀ ਲਿਸਟ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਅਗਰ ਤੁਸੀਂ ਇੰਗਲਿਸ਼ ਨੂੰ ਲੈ ਕੇ ਚੱਲਦੇ ਹੋ ਇੰਪੋਰਟੈਂਟ ਲੈ ਕੇ। ਇਸ ਤੋਂ ਇਲਾਵਾ ਤੁਹਾਡਾ ਕੰਪਿਊਟਰ ਦੇ ਤੁਹਾਨੂੰ ਆਉਣਗੇ ਜੀ ਇਹਦੇ ਵਿੱਚ 10 ਕੁਐਸਚਨ, ਅਤੇ ਇਹ 10 ਕੁਐਸਚਨ ਤੁਹਾਨੂੰ ਮਾੜੇ ਨਹੀਂ ਆਉਣ ਲੱਗੇ ICT ਦੇ। ਇਹਦੇ ਵਿੱਚ ਤੁਹਾਡੇ ਨੈਟਵਰਕ ਇੰਟਰਨੈਟ ਹੋ ਗਿਆ, ਠੀਕ ਹੈ, ਅਤੇ ਕਰੰਟ ਦੇ ਜਿਹੜੇ ਮਸਲੇ ਹੋ ਗਏ ਜਿਹੜੇ ਕਰੰਟ ਨਾਲ ਚੜ੍ਹਦੇ ਹੋਏ ਨੇ ਉਹਨਾਂ ਨਾਲ ਰਿਲੇਟਡ ਆਊਗਾ। ਇਸ ਤੋਂ ਇਲਾਵਾ ਤੁਹਾਨੂੰ MS Office ਵੀ ਇਹਦੇ ਵਿੱਚ ਪੁੱਛ ਸਕਦੇ ਨੇ, ਉਹ ਵੀ ਜ਼ਰੂਰੀ ਹੋ ਜਾਂਦਾ ਹੁੰਦਾ, ਇਹ ਚੀਜ਼ ਵੀ ਆ ਸਕਦੀ। ਤਾਂ ਟੋਟਲ ਤੁਹਾਡੇ 120 ਮਾਰਕਸ ਹੋ ਗਏ, ਠੀਕ ਹੈ। ਹੁਣ ਇਹਨੂੰ ਤੁਸੀਂ ਟੈਕਲ ਕਿੱਦਾਂ ਕਰ ਸਕਦੇ ਹੋ, ਅਗਰ ਤੁਸੀਂ ਪਹਿਲਾਂ ਤੋਂ ਤਿਆਰੀ ਕਰ ਹੀ ਰਹੇ ਹੋ ਤਾਂ ਕਰਦੇ ਹੋਣੇ ਚਾਹੀਦੇ ਹੋ, ਜਿਸ ਉਦੋਂ ਦਾ ਪੇਪਰ ਆਇਆ ਉਦੋਂ ਦੇ ਲੱਗੇ ਹੋਣੇ ਚਾਹੀਦੇ ਤੁਸੀਂ ਐਕਚੁਅਲੀ। ਤਾਂ ਇਹਦੇ ਵਿੱਚੋਂ ਤੁਸੀਂ ਪੰਜਾਬ ਹਿਸਟਰੀ ਦੇ 20 ਨੰਬਰ ਹੈ ਜਿਹੜੇ ਪੱਕੇ ਕਰ ਸਕਦੇ ਹੋ, 18-19 ਪੱਕੇ ਕਰ ਸਕਦੇ ਹੋਗੇ। ਲੋਜੀਕਲ ਰੀਜਨਿੰਗ ਤੁਹਾਨੂੰ ਇਹ ਸਡਨ ਲੈ ਕੇ ਚੱਲਣੀ ਪਊ, ਇੱਥੇ ਤੁਸੀਂ ਕੁਛ ਵੀ ਇੱਧਰ ਉੱਧਰ ਨਹੀਂ ਲਿਆ ਸਕਦੇ। ਸਭ ਤੋਂ ਵਾਸਟ ਸਿਲੇਬਸ ਜਿਹੜਾ ਤੁਹਾਡਾ ਇੱਥੇ ਆ ਗਿਆ ਉਹ ਆ ਗਿਆ ਜਰਨਲ ਨੌਲੇਜ ਦਾ, ਠੀਕ ਹੈ। ਜਰਨਲ ਨੌਲੇਜ ਦਾ ਸਭ ਤੋਂ ਵਾਸਟ ਸਿਲੇਬਸ ਹੈ। ਇਹਦੇ ਜਿਹੜੇ ਤੁਹਾਡੇ ਹੁਣ 30 ਨੰਬਰ ਨੇ, ਇਹ ਕੋਈ 30 ਨੰਬਰ ਚੋਂ ਪੱਕੇ ਨਹੀਂ ਕਰ ਸਕਦਾ। ਤੁਹਾਨੂੰ ਸਿੱਧੀ ਜੀ ਗੱਲ ਦੱਸੂਗਾ, ਜੋ ਵੀ ਮਰਜ਼ੀ ਇੰਸਟੀਟਿਊਸ਼ਨ ਕਹਿੰਦਾ, ਕੋਈ ਮਰਜ਼ੀ ਕੁਛ ਮਰਜ਼ੀ ਕਿਵੇਂ, 30 ਪੱਕੇ ਲੈ ਜਾਓ, ਕੋਈ 30 ਪੱਕੇ ਨਹੀਂ ਕਰ ਸਕਦਾ। ਇਹ 'ਚੋਂ 30 ਦੇ ਵਿੱਚੋਂ ਤੁਸੀਂ ਐਂ ਮੰਨ ਲਓ 27-28 ਨੰਬਰ ਹੈ ਜਿਹੜੇ ਤੁਹਾਡੇ, ਜਾਂ 25 ਤੱਕ ਦੇ ਨੰਬਰ ਉਹ ਪੱਕੇ ਕਰ ਸਕਦੇ ਜਿਹੜੇ UPSC ਦੀ ਤਿਆਰੀ ਕਰ ਰਹੇ ਨੇ, UPSC PCS ਦੀ ਤਿਆਰੀ ਕਰ ਰਹੇ ਨੇ, ਉਹ ਪੱਕੇ ਕਰ ਸਕਦੇ ਨੇ, ਹੋਰ ਨਹੀਂ ਪੱਕੇ ਕਰ ਸਕਦਾ। ਬਟ ਤੁਸੀਂ ਇਹ ਜਿਹੜਾ ਏਰੀਆ ਇਹਨੂੰ ਵਧੀਆ ਕਰ ਸਕਦੇ ਹੋ, ਠੀਕ ਹੈ। ਅਤੇ ਹੁਣ ਇਹਦੇ ਨਾਲ ਰਿਲੇਟਡ ਜੋ ਵੀ ਇਵੈਲਿਊਏਸ਼ਨ ਹੈ, ਪ੍ਰੀਵੀਅਸ ਪੇਪਰ ਕਿੱਦਾਂ ਦਾ ਆਇਆ ਸੀ, ਕੀ ਚੀਜ਼ਾਂ ਪੁੱਛਣਗੇ ਅਸੀਂ, ਸਾਰੀ ਇਵੈਲਿਊਏਸ਼ਨ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਤਾਂ ਹੁਣ ਤਿਆਰੀ ਖਿੱਚ ਕੇ ਰੱਖੋ, ਬਹੁਤ ਵਧੀਆ ਪੋਸਟ ਹੈ ਯਾਰ, ਅਫਸਰ ਲੈਵਲ ਦੀ ਪੋਸਟ ਹੈ, ਅਫਸਰ ਬਣੋਗੇ, ਐਸ਼ ਕਰੋਗੇ, ਤਾਂ ਇਹਦੀ ਤਿਆਰੀ ਤੁਸੀਂ ਖਿੱਚ ਕੇ ਰੱਖੋ। ਇਹ ਸੀ ਆਪਣਾ ਸਿਲੇਬਸ, ਬਾਕੀ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਇਸ ਵੀਡੀਓ 'ਤੇ, ਜਾਂ ਸਾਡੇ ਨਾਲ ਜੁੜ ਸਕਦੇ ਹੋ ਅਗਰ ਤੁਸੀਂ ਤਿਆਰੀ ਕਰਦੇ ਰਹਿੰਦੇ ਹੋ ਜਾਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿੰਦੇ ਹੋ। ਤਾਂ ਸਾਡੇ DD ਅਕੈਡਮੀ ਭੀਖੀਆ ਜਿਹੜਾ ਅਫੀਸ਼ੀਅਲ ਚੈਨਲ ਇਸ ਇੰਸਟਾ, ਉਸ ਦੇ ਨਾਲ ਵੀ ਜੁੜ ਸਕਦੇ ਹੋ। ਕੇਸਰ ਸਿੰਘ DDA ਮੇਰਾ ਖੁਦ ਦਾ ਚੈਨਲ ਹੈ ਇੰਸਟਾ, ਉਸ ਦੇ ਨਾਲ ਜੁੜ ਸਕਦੇ ਹੋ। ਟੈਲੀਗ੍ਰਾਮ 'ਤੇ ਅਸੀਂ ਤੁਹਾਡੇ MCQ ਵਗੈਰਾ, ਕਰੰਟ ਅਫੇਅਰ ਦੇ ਜਾਂ ਇਹਨਾਂ ਚੀਜ਼ਾਂ ਨਾਲ ਰਿਲੇਟਡ ਜੋ ਵੀ MCQ ਨੇ ਉਹ ਪਾਉਂਦੇ ਰਹਿੰਦੇ ਹਾਂ, DDA 43, ਉਹਦੇ ਨਾਲ ਤੁਸੀਂ ਜੁੜ ਸਕਦੇ ਹੋ, ਸਾਡੇ ਨਾਲ ਟੱਚ ਦੇ ਵਿੱਚ ਆ ਸਕਦੇ ਹੋ, ਠੀਕ ਹੈ ਜੀ। ਤਿਆਰੀ ਖਿੱਚੋ, ਅਫਸਰ ਬਣਦੇ ਹਾਂ।